ਸਤਿ ਸ੍ਰੀ ਅਕਾਲ ਦੋਸਤੋ, ਕ੍ਰਿਸ਼ੀ ਹੈਲਪਲਾਈਨ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੇ ਅੱਜ ਇਸ ਪ੍ਰੋਗਰਾਮ ਦੇ ਜ਼ਰੀਏ, ਅੱਜ ਇਸ ਚੈਨਲ ਦੇ ਜ਼ਰੀਏ ਅਸੀਂ ਉਹਨਾਂ ਸਫਲ ਕਿਸਾਨਾਂ ਤੱਕ ਪਹੁੰਚ ਕੀਤੀ ਹੈ ਔਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਇੱਕ ਪਲ ਕਿਸੇ ਵੀ ਖੇਤੀਬਾੜੀ ਨੂੰ ਦਿੱਤਾ ਕੀਤਾ। ਸੋ ਮੇਰੇ ਨਾਲ ਜੁੜੇ ਨੇ ਸਰਦਾਰ ਗੁਰਪ੍ਰੀਤ ਸਿੰਘ ਸ਼ੇਰਗਿੱਲ ਜੀ। ਸ਼ੇਰਗਿੱਲ ਜੀ, ਸਭ ਤੋਂ ਪਹਿਲਾਂ ਸਵਾਗਤ ਹੈ, ਕੀ ਹਾਲ ਚਾਲ ਨੇ? ਸਭ ਤੋਂ ਪਹਿਲਾਂ ਤਾਂ ਤੁਸੀਂ ਮੁਬਾਰਕਬਾਦ ਦੇ ਪਾਤਰ ਹੋ ਕਿ ਇੰਨੀ ਖੁਸ਼ਬੂ, ਇੰਨੀ ਖੂਬਸੂਰਤ ਖੁਸ਼ਬੂ ਸਾਨੂੰ ਦਵਾਈ ਹੈ ਜਿਹੜੀ ਕਿ ਕਿਤੇ ਨਾ ਕਿਤੇ ਖਤਮ ਹੋ ਚੁੱਕੀ ਹੈ। ਤੇ ਸਭ ਤੋਂ ਪਹਿਲਾਂ ਮੈਨੂੰ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਔਰ ਉਸ ਤੋਂ ਬਾਅਦ ਐਜੂਕੇਸ਼ਨ ਬਾਰੇ ਜ਼ਰੂਰ ਦੱਸੋ। ਅਸੀਂ ਜੀ ਪਰਿਵਾਰ 'ਚ, ਮੈਂ ਸਾਰਿਆਂ ਨਾਲੋਂ ਛੋਟਾ, ਅਸੀਂ ਦੋ ਬ੍ਰਦਰਸ ਹਾਂ, ਦੋ ਸਿਸਟਰਸ ਹਾਂ ਜੀ। ਸਿਸਟਰ ਸਾਡੀਆਂ ਵੱਡੀਆਂ ਨੇ, ਬੜੇ ਬ੍ਰਦਰ ਕਰਮਜੀਤ ਸਿੰਘ ਖੇਲਗਿੱਲ ਨੇ ਜੀ ਅਤੇ ਫਾਦਰ ਸਰਦਾਰ ਬਲਦੇਵ ਸਿੰਘ ਖੇਲਗਿੱਲ। ਅਸੀਂ ਇਕੱਠੇ ਹੀ ਅਸੀਂ ਸਾਰਾ ਕੰਮ ਕਰ ਰਹੇ ਹਾਂ ਜੀ। ਜੀ, ਪੜ੍ਹਾਈ ਦੀ ਤੌਰ 'ਤੇ ਜੇ ਆਪਾਂ ਗੱਲ ਕਰਦੇ ਹਾਂ ਤਾਂ ਤੁਹਾਨੂੰ ਕਚੰਬਾ ਵੀ ਹੋਊਗਾ ਵੀ ਮੈਂ ਮਕੈਨੀਕਲ ਇੰਜੀਨੀਅਰਿੰਗ ਕੀਤੀ ਆ, ਡਿਪਲੋਮਾ ਕੀਤਾ ਤੇ, ਪਰ ਮੈਂ ਨੌਕਰੀ ਦੇ ਪਿੱਛੇ ਨਹੀਂ ਭੱਜਣਾ ਚਾਹੁੰਦਾ ਸੀ। ਪਰ ਜੋ ਮੋਨੋਕਲਚਰ ਚੱਲ ਰਿਹਾ ਸੀ ਕਣਕ ਅਤੇ ਜੀਰੀ ਦਾ ਜੀ, ਮੈਂ ਉਹ ਵੀ ਅਡੋਪਟ ਨਹੀਂ ਸੀ ਕਰਨਾ ਚਾਹੁੰਦਾ ਜੀ। ਇਸ ਕਰਕੇ ਮੈਂ ਕਈ ਤਰ੍ਹਾਂ ਦੀਆਂ PAU ਤੋਂ, ਹਾਰਟੀਕਲਚਰ ਡਿਪਾਰਟਮੈਂਟ ਤੋਂ, KVK ਤੋਂ ਰਿਲੇਟਿਡ ਜਿਹੜੇ ਡਿਪਾਰਟਮੈਂਟ ਸੀਗੇ ਉਹਨਾਂ ਤੋਂ ਮੈਂ ਸ਼ੋਰਟ ਡਿਊਰੇਸ਼ਨ ਟ੍ਰੇਨਿੰਗਸ ਲਈਆਂ, ਕੋਈ ਹਫ਼ਤੇ ਦੀ, ਕੋਈ 15 ਦਿਨ ਦੀ, ਕੋਈ ਮਹੀਨੇ ਦੀ, ਜਿਹਦੇ 'ਚ ਕਿ ਆਪਾਂ ਨੂੰ ਮੋਟਾ ਮੋਟਾ ਸਾਰਾ ਕੁਛ ਪਤਾ ਲੱਗ ਜਾਂਦਾ ਜੀ। ਉਸ ਦੇ ਨਾਲ ਨਾਲ ਮੈਂ ਚੱਲਦੇ ਹੋਏ ਫਿਰ ਛੋਟੇ ਛੋਟੇ ਸਟੈਪ ਕਰਨੇ ਸ਼ੁਰੂ ਕੀਤੇ। 96 ਦੀ ਗੱਲ ਹੈ ਜੀ ਇਹ, ਜੀ 96 'ਚ ਮੈਂ ਸਟਾਰਟ ਕੀਤਾ ਜੀ। ਅੱਛਾ, ਮਤਲਬ ਸਪੈਸ਼ਲ ਤੁਸੀਂ ਫੁੱਲਾਂ ਦੀ ਹੀ ਖੇਤੀ ਕਰਦੇ ਹੋ ਜਾਂ ਇਸ ਤੋਂ ਇਲਾਵਾ ਵੀ ਕੋਈ ਮਤਲਬ ਕਿਸੇ ਹੋਰ ਖੇਤੀ ਦੇ ਨਾਲ ਵੀ ਜੁੜੇ ਹੋ ਤੁਸੀਂ? ਨਹੀਂ, ਕਈ ਤਰ੍ਹਾਂ ਦੇ ਅਸੀਂ ਕਰਦੇ ਹਾਂ ਜੀ। ਫੁੱਲਾਂ ਦਾ ਹੈ, ਫੁੱਲਾਂ 'ਚ ਵੀ ਦੋ ਤਰ੍ਹਾਂ ਦੇ ਆ, ਇੱਕ ਫਰੈਸ਼ ਫਲਾਰ ਆ, ਇੱਕ ਕੱਟ ਫਲਾਰ ਆ ਜੀ। ਕੀ ਫਰਕ ਹੈ ਇਹਨਾਂ ਦੋਨਾਂ ਵਿੱਚ? ਇਹ ਫਰਕ ਇਹ ਜੀ, ਜਿਹੜਾ ਫਰੈਸ਼ ਫਲਾਰ ਦਾ ਹੈ, ਫਰੈਸ਼ ਫਲਾਰ 'ਚ ਅਸੀਂ ਜਿਵੇਂ ਫੁੱਲ ਲਾਇਆ, ਫੁੱਲ ਮਾਰਕੀਟ 'ਚ ਅਸੀਂ ਸੇਲ ਕਰਤਾ ਜੀ। ਅੱਗੇ ਉਹਦੇ 'ਚ ਵੀ ਦੋ ਨੇ, ਇੱਕ ਕੱਟ ਫਲਾਰ ਹੈ, ਇੱਕ ਲੂਜ਼ ਫਲਾਰ। ਲੂਜ਼ ਫਲਾਰ ਕਿਲੋਆਂ 'ਚ ਵਿਕਦਾ, ਗੈਂਦਾ ਹੋ ਗਿਆ, ਗੁਲਜਾਵਰੀ, ਦੇਸੀ ਗੁਲਾਬ ਵਗੈਰਾ ਜੀ। ਇੱਕ ਇਹਦੇ ਨਾਲ ਕੱਟ ਫਲਾਰ ਹੈ, ਉਹਦੇ 'ਚ ਲੀਲੀਅਮ ਆ ਗਿਆ, ਗਲੈਡੁਲਸ ਆ ਗਿਆ, ਕੱਟ ਇੰਗਲਿਸ਼ ਰੋਜ਼ ਆ ਗਿਆ ਜੀ। ਇਸ ਇੱਕ ਹੋਰ ਅਸੀਂ ਲਾਇਆ, ਸਟੋਕ ਹੈ ਅਤੇ ਸਟੈਟਾਈਜ਼ ਹੈ, ਕਈ ਫੁੱਲ ਨੇ ਉਹ ਇਹਦੇ ਕੱਟ ਫਲਾਰ ਵਿਕਦੇ ਆ, ਉਹ ਪੀਸੀਸ 'ਚ ਵਿਕਦੇ ਨੇ ਜੀ। ਅਤੇ ਜਿਹੜਾ ਫਲਾਰ ਸੀਡ ਆ ਉਹ ਕੁਛ ਕੰਪਨੀਜ਼ ਨੇ ਉਹ ਬਾਏ ਬੈਕ ਕਰਦੀਆਂ ਨੇ, ਫਾਰਮਰ ਨੂੰ ਦੇ ਦਿੰਦੀਆਂ, ਉਹਨਾਂ ਨੂੰ ਜਿਹੜੇ ਫਾਰਮਰ ਮਾਰਕੀਟਿੰਗ ਕਰਨੀ ਔਖੀ ਲੱਗਦੀ ਆ ਉਹ ਬਾਏ ਬੈਕ ਕਰ ਲੈਂਦੇ ਨੇ ਵੀ ਅਸੀਂ ਇਨਾ ਸੀਡ ਤੁਹਾਡੇ ਤੋਂ 1 ਰੁਪਏ ਕਿਲੋ ਲਵਾਂਗੇ ਜੀ, ਅਤੇ ਉਹ ਸਾਡੇ ਤੋਂ ਲੈ ਲੈਂਦੇ ਨੇ ਪ੍ਰੋਡਕਸ਼ਨ ਕਰਕੇ, ਉਹ ਫਿਰ ਅੱਗੇ ਆਪਣਾ ਉਸ ਨੂੰ ਐਕਸਪੋਰਟ ਕਰਦੇ ਆ ਜੀ ਸੀਡ ਨੂੰ। ਮਤਲਬ ਤੁਹਾਡਾ ਜੋ ਵੀ ਜਿੰਨਾ ਕੁ ਖਰਚਾ ਆਉਂਦਾ ਹੈ ਜੇ ਆਪਾਂ ਪੰਜਾਬੀ ਵਿੱਚ ਗੱਲ ਕਰੀਏ ਤਾਂ ਉਹਦੇ ਹਿਸਾਬ ਦੇ ਨਾਲ ਫੁੱਲਾਂ ਦੀ ਖੇਤੀ ਨੂੰ ਤੁਸੀਂ ਸਫਲ ਖੇਤੀਆਂ ਵਿੱਚੋਂ ਮੰਨ ਰਹੇ ਹੋ? ਹਾਂਜੀ 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 ਹਾਂ। ਇਹਦੇ ਨਾਲ ਅਸੀਂ ਫਿਸ਼ਰੀ ਦਾ ਵੀ ਕੀਤਾ ਹੋਇਆ, 5 ਕਿੱਲਿਆਂ 'ਚ ਸਾਡਾ ਫਿਸ਼ ਪਾਉਂਡ ਹੈ, ਉਸਦੇ ਨਾਲ ਵਰਮਿੰਗ ਕੰਪੋਸਟ ਹੈ, ਅਸੀਂ 1100-1200 ਕੁਇੰਟਲ ਵਰਮਿੰਗ ਕੰਪੋਸਟ ਤਿਆਰ ਕਰਦੇ ਹਾਂ ਸਾਲ ਦੀ ਜੀ, ਅਤੇ ਉਹ ਇੱਕ ਵਧੀਆ ਕੁਆਲਿਟੀ ਝਾੜ ਕੇ ਵਧੀਆ ਤਿਆਰ ਕਰਦੇ ਹਾਂ ਜੀ, ਅਤੇ ਉਹਨੂੰ ਅਸੀਂ ਆਪਦੇ ਸ਼ੇਗਲ ਫਾਰਮ ਫਰੈਸ਼ ਸਾਡਾ ਟ੍ਰੇਡਮਾਰਕ ਰਜਿਸਟਰਡ ਕਰਾਇਆ ਹੋਇਆ, ਉਹਦੇ ਬ੍ਰਾਂਡ ਦੇ ਥੱਲੇ ਅਸੀਂ ਨਰਸਰੀ ਸਪਲਾਈ ਕਰਦੇ ਹਾਂ ਜੀ, ਸੋਹਣੀ ਉੱਥੇ ਸੇਲ ਹੈ, ਅਤੇ ਬਾਕੀ ਪੋਲੀ ਹਾਊਸ ਵਾਲੇ ਨੇ ਹੋਰ ਸਾਡੇ ਤੋਂ ਲੈ ਕੇ ਜਾਂਦੇ ਆ। ਲੇਕਿਨ ਸ਼ੇਰਗਿੱਲ ਜੀ, ਜੇ ਆਪਾਂ ਗੱਲ ਕਰੀਏ ਤਾਂ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇੱਕ ਰੋਲ ਮਾਡਲ ਜ਼ਰੂਰ ਹੁੰਦਾ ਹੈ ਵੀ ਯਾਰ ਜੇ ਉਹ ਸ਼ਖਸ ਨੇ ਕੀਤਾ ਤਾਂ ਮੈਂ ਵੀ ਕੋਸ਼ਿਸ਼ ਕਰਾਂ ਉਹਦੇ ਨੇੜੇ ਤੇੜੇ ਪਹੁੰਚਣ ਦੀ। ਇਹ ਸਾਰਾ ਕੁਛ ਕਰਨ ਤੋਂ ਪਹਿਲਾਂ ਕਿਸੇ ਨੂੰ ਤੁਸੀਂ ਵਿਚਰਦੇ ਹੋਏ ਵੇਖਿਆ ਸੀ ਇਹਨਾਂ ਚੀਜ਼ਾਂ ਦੇ ਵਿੱਚ, ਇਹਨਾਂ ਫੁੱਲਾਂ ਦੇ ਵਿੱਚ, ਇਸ ਤਰ੍ਹਾਂ ਦੀ ਖੇਤੀ ਦੇ ਵਿੱਚ, ਤਾਂ ਕਿ ਤੁਹਾਡੇ 'ਤੇ ਵੀ ਉਹਨਾਂ ਦਾ ਕਿਤੇ ਨਾ ਕਿਤੇ ਪ੍ਰਭਾਵ, ਜਿਹੜੀ ਛਾਪ ਹੈ ਉਹ ਮਤਲਬ ਲੱਗੀ ਹੋਵੇ? ਮੈਂ ਇੱਕ ਗੱਲ ਕਰਨਾ ਚਾਹੂੰਗਾ, ਡਾਕਟਰ SS ਮੱਲੀ ਸੀ ਜੀ, ਸਰਦਾਰ ਸਾਧੂ ਸਿੰਘ ਮੱਲੀ ਜੀ, ਉਸ ਟਾਈਮ ਉਹ KVK ਰੌਣੀ ਦੇ ਡਿਪਟੀ ਡਾਇਰੈਕਟਰ ਸੀ ਜੀ, ਬਿਲਕੁਲ, ਤੇ ਮੈਂ ਕਹਿ ਸਕਦਾ ਵੀ ਅੱਜ ਉਹਨਾਂ ਦੀ ਬਦੌਲਤ ਮੈਂ ਹਾਂ। ਪਰ ਸਾਡੇ ਕੋਲ ਸਾਰੇ ਸਿਆਲ ਤੋਂ ਜ਼ਿਆਦਾ ਫੁੱਲਾਂ ਦਾ ਕੰਮ ਹੈ, ਲੇਬਰ ਹੈ ਇੱਥੇ ਜੀ, ਪਿੰਡ ਦੀਆਂ ਹੀ ਅਸੀਂ ਔਰਤਾਂ ਨੂੰ ਇੱਥੇ ਕੰਮ ਦਿੱਤਾ ਹੋਇਆ, ਜਿਹੜੇ ਕਿ ਸਵੇਰੇ ਆਉਂਦੇ ਆ ਤੇ ਦੁਪਹਿਰੇ ਫਿਰ ਆਪਦੇ ਪਰਿਵਾਰ 'ਚ ਚਲੇ ਜਾਂਦੇ ਆ, ਘੰਟਾ ਰੋਟੀ ਪਾਣੀ ਖਾ ਕੇ ਆਪਦਾ ਘੰਟਾ ਲਾ ਕੇ ਆ ਜਾਣਾ, ਫਿਰ ਉਹਨਾਂ ਨੂੰ ਦੇਖੋ ਸਾਰਾ ਸਿਆਲ ਸਾਨੂੰ ਉਹਨਾਂ ਨੂੰ ਕੰਮ ਮਿਲਦਾ, ਸਾਰਾ ਸਿਆਲ ਵੀ ਸਾਰਾ ਸਾਲ ਹੀ ਉਹਨਾਂ ਨੂੰ ਕੰਮ ਮਿਲਦਾ ਜੀ, ਕਿਉਂ ਜਿੱਦਣ ਉਹਨਾਂ ਨੂੰ ਲੋੜ ਆ ਉਹ ਆਪਦੀ ਛੁੱਟੀ ਵੀ ਕਰ ਲੈਂਦੇ ਨੇ, ਸਾਨੂੰ ਕੋਈ ਉਹਨਾਂ ਦੇ ਸਟ੍ਰੈਸ ਨਹੀਂ ਹੈ। ਜਿਹੜਾ ਕੰਮ 20 ਜਣੇ ਕਰ ਰਹੇ ਨੇ, ਜੇ 15 ਵੀ ਆ ਗਏ, 5 ਨੇ ਛੁੱਟੀ ਵੀ ਕਰ ਲਈ, ਕੋਈ ਨਾ ਅਗਲੇ ਦਿਨ ਸਲਿੱਪ ਹੋ ਜਾਊਗਾ, ਬਿਲਕੁਲ ਸਾਨੂੰ ਤਾਂ ਕੋਈ ਟੈਨਸ਼ਨ ਨਹੀਂ। ਜਿਵੇਂ ਦੇਸੀ ਗੁਲਾਬ ਲਾਇਆ ਹੋਇਆ ਜੀ, ਦੇਸੀ ਗੁਲਾਬ ਰਾਊਂਡ ਦਾ ਈਅਰ ਚੱਲਦਾ, ਘੱਟਦਾ ਵੱਧਦਾ ਰਹਿੰਦਾ ਜੀ, ਉਹ ਕਈ ਵਾਰੀ ਇਹੀ ਜਿਹੀ ਪੋਜੀਸ਼ਨ 'ਤੇ ਆ ਜਾਂਦਾ ਵੀ ਉਹਦਾ ਬਹੁਤ ਘੱਟ ਰੇਟ ਹੋ ਜਾਂਦਾ, ਅਤੇ
ਪ੍ਰੋਡਕਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਹੈ, ਰੇਟ ਉਦੋਂ ਹੀ ਘੱਟ ਹੁੰਦਾ ਜਦੋਂ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਹੈ, ਬਿਲਕੁਲ ਉਦੋਂ ਹੀ ਬਿਲਕੁਲ। ਅਤੇ ਅਸੀਂ ਉਸ ਦੇ ਨਾਲ ਫਿਰ ਇੱਕ ਨਵੀਂ ਚੀਜ਼ ਬਣਾਉਣ ਦੀ ਕੋਸ਼ਿਸ਼ ਕੀਤੀ, ਕਈ ਸਾਲ ਸਾਨੂੰ ਇਸ ਚੀਜ਼ ਨੂੰ ਲੱਗੇ ਕਰਦੇ ਹੋਏ ਜੀ, ਅਤੇ ਅਸੀਂ PAU ਦੀ ਮਦਦ ਦੇ ਨਾਲ ਉਹਨੂੰ ਕੀਤਾ, ਦੇਖ ਕੇ ਅਸੀਂ ਉਹਦਾ ਰਲ ਰੋਜ਼ ਸ਼ਰਬਤ ਬਣਾਇਆ ਜੀ। ਨੋਰਮਲੀ ਜਿੰਨੇ ਵੀ ਗੁਲਾਬ ਦੇ ਸ਼ਰਬਤ ਆਉਂਦੇ ਨੇ ਨਾ ਜੀ, ਜੀ ਉਹ ਸੈਂਸ ਬੇਸਡ ਆ। ਸੈਂਸ ਬੇਸਡ ਮੀਨਸ ਉਹ ਚੀਨੀ ਦੇ ਵਿੱਚ ਜੀ ਸੈਂਸ ਪਾਤਾ ਉਸ ਚੀਜ਼ ਦਾ, ਕੈਮੀਕਲ ਬੇਸ ਸੈਂਸ ਹੁੰਦਾ ਉਹ, ਸੈਂਸ ਪਾਤਾ, ਕਲਰ ਪਾਤਾ, ਦੈਟਸ ਉਹ ਆਪਾਂ ਨੂੰ ਇੱਕ ਟੇਸਟ ਮੇਨਟੇਨ ਕਰ ਰਿਹਾ ਹੋ ਗਿਆ, ਫਲੇਵਰ ਜਿਹਨੂੰ ਆਪਾਂ ਫਲੇਵਰ ਪਾਤਾ, ਬਿਲਕੁਲ ਫਲੇਵਰ ਪਾ ਕੇ ਉਹਨੂੰ ਉਹ ਤਿਆਰ ਕਰਤਾ ਜੀ। ਅਸੀਂ ਇਹਦੇ 'ਚ ਕੀ ਕੀਤਾ ਡਿਫਰੈਂਟ, ਕੀ ਚੀਜ਼ ਆ, ਅਸੀਂ ਤਾਜ਼ੇ ਗੁਲਾਬ ਦੀਆਂ ਪੱਤੀਆਂ ਕੱਢ ਕੇ ਅਸੀਂ ਉਹਦਾ ਜੂਸ ਕੱਢਿਆ, ਜੂਸ ਕੱਢ ਕੇ ਉਹ ਅਸੀਂ ਚੀਨੀ ਦੇ ਵਿੱਚ ਪਾਇਆ ਜੀ, ਤੇ ਉਹ ਕੋਈ ਡਿਫਰੈਂਟ ਹੀ ਟੇਸਟ ਆ, ਉਹ ਇੱਕ ਜੂਸ ਬੇਸ ਹੋ ਗਿਆ। ਬਹੁਤ ਅੱਛਾ, ਕਿੰਨੀ ਕਿੰਨੀ ਪ੍ਰਕਾਰ ਦੇ ਪ੍ਰੋਡਕਟ ਹੁੰਦੇ ਉਹਦੇ ਨਾਲ? ਅਸੀਂ ਰੋਜ਼ ਵਾਟਰ ਤਿਆਰ ਕੀਤਾ, ਰੋਜ਼ ਵਾਟਰ ਵੀ ਕਰਦੇ ਹਾਂ, ਜਿਹੜਾ ਗੁਲਾਬ ਜਲ ਹੁੰਦਾ ਉਹ ਅਸੀਂ ਗੁਲਾਬ ਦਾ ਅਰਕ ਕੱਢਦੇ ਹਾਂ, ਅਰਕ ਕੱਢ ਕੇ ਉਹਦੀ ਪੈਕਿੰਗ ਤਿਆਰ ਕੀਤੀ ਹੋਈ ਆ ਜੀ। ਉਸ ਦੇ ਨਾਲ ਅਸੀਂ ਆਂਵਲਾ ਜੂਸ ਹੈ ਜੀ, ਐਲੋਵੇਰਾ ਜੂਸ ਹੈ, ਐਲੋਵੇਰਾ ਵੀ ਅਸੀਂ ਲਾਇਆ ਹੋਇਆ, ਐਲੋਵੇਰਾ ਦੇ ਨਾਲ ਉਹਦਾ ਅਸੀਂ ਪਲਪ ਕੱਢ ਕੇ ਉਹਦਾ ਅਸੀਂ ਜੂਸ ਕੱਢਦੇ ਹਾਂ, ਉਹਦੀ ਅਸੀਂ ਪੈਕਿੰਗ ਤਿਆਰ ਕੀਤੀਆਂ ਹੋਈਆਂ ਨੇ, ਉਹ ਅਸੀਂ ਸੇਲ ਕਰਦੇ ਹਾਂ। ਇਹ ਵੀ ਫੁੱਲਾਂ ਦੀ ਖੇਤੀ ਦੀ ਪ੍ਰੋਡਕਟ ਜਿਹੜੀ ਹੈ ਕਿੰਨੇ ਤੋਂ ਕਿੰਨੇ ਦਿਨਾਂ ਦੀ ਹੁੰਦੀ ਹੈ ਔਰ ਕਿੰਨੇ ਮਹੀਨਿਆਂ ਦੀ ਹੁੰਦੀ ਹੈ, ਕੋਈ ਇਹਦੇ ਬਾਰੇ ਵੀ ਕਲੀਅਰ ਕਰ ਦਿਓ। ਜਿਹੜਾ ਗੈਂਦਾ ਜੀ ਦੇਖੋ ਤਾਂ ਗਰਮੀਆਂ 'ਚ ਵੀ ਲੱਗ ਜਾਂਦਾ, ਗਰਮੀਆਂ ਦੀ ਵਰਾਇਟੀ ਹੈ, ਬਾਕੀ ਫੁੱਲ ਜ਼ਿਆਦਾ ਸਰਦੀਆਂ 'ਚ ਲੱਗਦੇ ਨੇ, ਕਣਕ ਦੇ ਨਾਲ ਜਿਹੜੀ ਫਸਲ ਆ ਉਹ 6 ਮਹੀਨੇ ਦੀ ਕਰੋਪ ਹੁੰਦੀ ਹੈ ਜੀ ਇੱਕ ਇਹ ਜੀ, 2-3 ਮਹੀਨੇ ਜਿਵੇਂ ਗਲੈਂਡਲਸ ਆ 100 ਦਿਨ ਦਾ ਫੁੱਲ ਦੇਣ ਲੱਗ ਜਾਂਦਾ ਜੀ ਜੀ, ਗੈਂਦਾ ਉਹ 70-80 ਦਿਨ ਫਲਾਵਰਿੰਗ 'ਤੇ ਆ ਜਾਂਦਾ, ਇੱਦਾਂ ਹੈ ਜੀ, 6 ਮਹੀਨੇ ਕਰੋਪ ਚੱਲਦੀ ਹੈ। ਹੁਣ ਫੁੱਲਾਂ 'ਚ ਜਿਹੜੀ ਸੀਡ ਦੀ ਗੱਲ ਕਰੀਏ ਤਾਂ ਜੀ, ਸੀਡ ਕਿਉਂ ਹਲੇ ਤੱਕ ਮਾੜੀ ਜੀ ਇਹਦੇ 'ਚ ਕੰਟਰੈਕਟ ਫਾਰਮਿੰਗ 'ਚ ਚੱਲ ਰਿਹਾ, ਸੀਡ ਤਾਂ ਕਰਕੇ ਚੱਲ ਰਿਹਾ ਵੀ ਨਾ ਤਾਂ ਉਹਨਾਂ ਨੂੰ ਸੀਡ ਕਿਤੋਂ ਬਾਹਰੋਂ ਮਿਲਦਾ, ਜਿੱਥੇ ਲਵਾਉਣਗੇ ਉੱਥੇ ਹੀ ਆ, ਤੇ ਨਾ ਉਹਦਾ ਮਾਰਕੀਟ 'ਚ ਆਮ ਕੋਈ ਖਰੀਦਦਾਰ ਖਰੀਦਦਾ, ਦੋਵੇਂ ਇਮਾਨਦਾਰੀ 'ਚ ਚੱਲੀ ਜਾਂਦੇ ਆ, ਉਹ ਨਹੀਂ ਚੱਲੀ ਜਾਂਦੀ ਆ। ਬਿਲਕੁਲ ਬਿਲਕੁਲ। ਤੁਸੀਂ ਆਮ ਕਿਸਾਨਾਂ ਨੂੰ ਇੱਕ ਐਜ਼ ਏ ਸਫਲ ਕਿਸਾਨ ਕੀ ਮਤਲਬ ਸਲਾਹ ਦੇਣਾ ਚਾਹੁੰਦੇ ਹੋ? ਤੇ ਆਪਾਂ ਨੂੰ ਕੁਛ ਨਾ ਕੁਛ ਛੋਟੇ ਛੋਟੇ ਸਟੈਪ ਪੱਟਣੇ ਚਾਹੀਦੇ ਨੇ, ਇਹ ਨਹੀਂ ਵੀ 10 ਕਿੱਲੇ ਲਾ ਲਓ ਜੀ, 1 ਕਿੱਲੇ ਲਾ ਲਓ। ਬਹੁਤ ਅੱਛੀ ਗੱਲ ਕੀਤੀ, ਕਿੱਲਾ ਜਾਂ ਅੱਧਾ ਕਿੱਲਾ ਲਾਓ, ਹਾਂ ਉਹਦੀ ਉਹਦੇ ਤੇ ਦੇਖੋ। ਹਾਂਜੀ ਹਾਂ, 10% ਤੁਸੀਂ ਪਹਿਲਾਂ ਉਹਦੀ ਜ਼ਮੀਨ ਕੱਢ ਲਓ, ਜਿੰਨਾ ਤੁਹਾਡੇ ਕੋਲ ਜ਼ਮੀਨ ਹੈ ਉਹਦਾ 10% ਹਿੱਸਾ, ਉਹ 90% ਜੇ ਆਪਾਂ ਰਵਾਇਤੀ ਕਰ ਰਹੇ ਹਾਂ ਤਾਂ ਆਪਾਂ ਨੂੰ ਕੋਈ ਬਾਹਲਾ ਫਰਕ ਨਹੀਂ ਪਊਗਾ, ਚਾਹੇ ਉਹਦੇ 'ਚ ਆਪਾਂ ਨੂੰ ਨੁਕਸਾਨ ਹੋ ਜਾਵੇ ਚਾਹੇ ਆਪਾਂ ਨੂੰ ਉਹਦੇ 'ਚ ਫਾਇਦਾ ਹੋ ਜਾਵੇ ਜੀ, ਪਰ ਆਪਾਂ ਨੂੰ ਪਤਾ ਲੱਗ ਜੂਗਾ। ਜੇ ਤਾਂ ਆਪਾਂ ਉਹਦੇ 'ਚ ਕਾਮਯਾਬ ਹੋ ਗਏ, ਨੈਕਸਟ ਸਟੈਪ ਹੋ ਜਾਓ, ਹੋ ਜਾਓ, ਬਹੁਤ ਵਧੀਆ। ਜੇ ਨਹੀਂ ਹੈ ਤਾਂ ਉਹਨੂੰ ਇੱਕ ਪੈਰ ਪਿੱਛੇ ਮੁੜ ਕੇ ਤੁਸੀਂ ਦੂਜਾ ਸਟੈਪ ਕੋਈ ਚੱਕ ਲਓ, ਪਰ ਕਾਮਯਾਬ ਆਪਾਂ ਤਾਂ ਹੀ ਹੋਵਾਂਗੇ ਜੇ ਆਪਾਂ ਕੋਈ ਸਟੈਪ ਪੱਟਾਂਗੇ, ਬਿਲਕੁਲ ਉਸ ਪਾਸੇ ਨੂੰ ਜਾਵਾਂਗੇ। ਉਹਦੇ 'ਚ ਕੀ ਆ, ਇੱਕ ਤਾਂ ਆਪਾਂ ਛਮਾਹੀ ਜਿਹੜੀ ਆਪਣੀ ਇਨਕਮ ਆ ਉਹਦੇ 'ਚੋਂ ਨਿਕਲ ਲਾਂਗੇ ਜੀ ਆਪਾਂ। ਬਿਲਕੁਲ ਬਿਲਕੁਲ, ਬਹੁਤ ਵਧੀਆ ਕੁਐਸਚਨ ਦਾ ਆਨਸਰ ਤੁਹਾਡਾ। ਦੱਸ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਗੁਰਪ੍ਰੀਤ ਸਿੰਘ ਸ਼ੇਰਗਿੱਲ ਹੋਰਾਂ ਨੇ ਨੈਸ਼ਨਲ ਅਵਾਰਡ ਵੀ ਜਿੱਤਿਆ ਹੈ। ਕੀ ਬਹੁਤ ਚੰਗਾ ਲੱਗਾ ਜੀ, ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਦੇ ਅੰਤ ਵਿੱਚ ਤੁਸੀਂ ਜੁੜੇ ਰਹੋ ਕ੍ਰਿਸ਼ੀ ਹੈਲਪਲਾਈਨ ਦੇ ਨਾਲ, ਮੈਨੂੰ ਆਪਣੇ ਦੋਸਤ ਸੋਚ ਕਰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।